ਮਾਨਯੋਗ SSP ਸਾਹਿਬ ਬਟਾਲਾ ਸ਼੍ਰੀ ਪਿੰਦਰਜੀਤ ਸਿੰਘ ਘੁੰਮਣ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ੍ਹ ਸ਼ਾਮੀ ਫਤਿਹਗੜ੍ਹ ਚੂੜੀਆਂ ਸਾਡੀਆਂ ਦੇ ਏਰੀਆ ਵਿੱਚ ਨਾਕਾਬੰਦੀਆਂ ਕੀਤੀਆਂ ਹੋਈਆਂ ਸਨ। ਪੁਲ ਜਾਂਗਲਾ ਅਤੇ SHO ਮੁਲਕਦੀਪ ਸਿੰਘ ਘਣੀਕੇ ਬਾਂਗਰ ਵੱਲੋਂ ਨਾਕਾ ਲਾਇਆ ਹੋਇਆ ਸੀ, ਜਿੱਥੇ ਇੱਕ FIR 25 ਆਰਮਜੈਟ ਦੇ ਤਹਿਤ ਦਰਜ ਕੀਤੀ ਗਈ। ਜੋਬਨਜੀਤ ਸਿੰਘ ਵਾਸੀ ਯੋਧਾ ਨਗਰੀ ਥਾਣਾ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਮੋਟਰਸਾਈਕਲ 'ਤੇ ਆ ਰਿਹਾ ਸੀ, ਜਿਹਨੂੰ ਰੋਕਣ ਦਾ ਇਸ਼ਾਰਾ ਕੀਤਾ, ਜੋ ਇੱਕ ਵਾਰੀ ਰੁਕਿਆ ਅਤੇ ਉਹ ਮੁੜ ਕੇ ਦੁਆਰਾ ਆਪਣੇ ਮੋਟਰਸਾਈਕਲ ਤੋਂ ਉਤਰ ਕੇ ਅਤੇ ਭੱਜ ਗਿਆ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ, ਜਿਸ ਦੀ ਡੱਬ ਦੇ ਵਿੱਚ ਉਹ ਭੱਜਣ ਲੱਗੇ ਅਤੇ ਇੱਕ ਪਿਸਟਲ 32 ਬੋਰ ਦੇਸੀ ਜਿਹੜਾ ਆ ਉੱਥੇ ਡਿੱਗ ਪਿਆ ਅਤੇ ਮੋਟਰਸਾਈਕਲ ਦੀ RC ਤੋਂ ਜਿਹੜੀ ਪਹਿਚਾਣ ਹੋਈ ਆ, ਜਿਸ ਦੇ ਖਿਲਾਫ 25 ਆਰਮਜੈਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਜਿਸ ਨੂੰ ਜਲਦੀ ਤੋਂ ਜਲਦੀ ਹੀ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ।